ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਅੱਜ ਅਸੀਂ ਪਹੁੰਚੇ ਹਾਂ ਫਤਿਹਗੜ੍ਹ ਸਾਹਿਬ ਦੇ ਨੇੜੇ ਪਿੰਡ ਸ਼ਹੀਦਗੜ੍ਹ। ਸੋ ਇੱਥੋਂ ਕੁਝ ਦਿਨ ਪਹਿਲਾਂ ਇੱਕ ਨਿਊਜ਼ ਚੈਨਲ ਨੇ, ਡੇਲੀ ਪੋਸਟ ਵਾਲਿਆਂ ਨੇ ਸ਼ੇਅਰ ਕੀਤੀ ਸੀ ਜੋ ਬੱਚੀ ਆ ਇਹ ਅਤੇ ਇਹਦੇ ਪਿਤਾ ਜੀ ਨਾਲ ਖੜ੍ਹੇ ਨੇ ਜੀ, ਅਤੇ ਬੱਚੀਆਂ ਦੇ ਨਾਲ ਉਹਨਾਂ ਵੱਲੋਂ ਬਦਸਲੂਕੀ ਬੇਹੁਦਾ ਜਿਹੜੀਆਂ ਹਰਕਤਾਂ ਕੀਤੀਆਂ ਗਈਆਂ ਨੇ, ਇਹਨਾਂ ਭੈਣਾਂ ਨਾਲ ਛੇੜਛਾੜ ਕੀਤੀ, ਉਹਨਾਂ ਨੇ ਕੁੱਟਮਾਰ ਕੀਤੀ ਆ, ਅਤੇ ਇਹਨਾਂ ਦੇ ਪਿਤਾ ਜੀ ਨਾਲ ਵੀ ਕੁੱਟਮਾਰ ਜਿਹੜੀ ਆ ਕੀਤੀ ਆ, ਅਤੇ ਕੋਈ ਜਿਹੜੀ ਪ੍ਰਸ਼ਾਸਨ ਨੇ ਵੀ ਕੋਈ ਬਣਦੀ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਨਹੀਂ ਕੀਤੀ। ਸੋ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਹੱਥ ਜੋੜ ਕਰਕੇ ਕਿ ਜਿਹੜਾ ਬਣਦਾ ਇਨਸਾਫ਼ ਆ ਇਹਨਾਂ ਭੈਣਾਂ ਨੂੰ ਦਿੱਤਾ ਜਾਵੇ। ਸੋ ਇੱਕ ਪਾਸੇ ਤਾਂ ਅਸੀਂ ਬੇਟੀ ਪੜ੍ਹਾਓ ਅਤੇ ਬੇਟੀ ਬਚਾਓ ਦੀਆਂ ਗੱਲਾਂ ਕਰਦੇ ਹਾਂ, ਅਤੇ ਦੂਜੇ ਪਾਸੇ ਧੀਆਂ ਭੈਣਾਂ ਨਾਲ ਜ਼ਿਆਦਤੀਆਂ ਜਿਹੜੀਆਂ ਨੇ ਉਹਨਾਂ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦੇ ਕੇ ਅਤੇ ਕਾਰਵਾਈ ਵਾਲੇ ਪਾਸੇ ਅਸੀਂ ਜਾ ਨਹੀਂ ਰਹੇ। ਸੋ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕਰਕੇ ਬੇਨਤੀ ਕਰਦੇ ਹਾਂ ਵੀ ਜਿਹੜੀ ਇਹਨਾਂ ਦੁਸ਼ਟ ਲੋਕਾਂ 'ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ। ਅਤੇ ਨਾਲ ਦੂਜੀ ਇੱਕ ਹੋਰ, ਇਹਨਾਂ ਜਿਹੜੇ ਦੁਸ਼ਟ ਅਨਸਰ ਨੇ, ਸ਼ਰਾਰਤੀ ਅਨਸਰ, ਗੁੰਡੇ ਅਨਸਰ ਨੇ, ਜੋ ਵੀ ਨੇ ਇਹ ਬਦਮਾਸ਼ ਹੋਣਗੇ ਆਪਣੇ ਘਰ ਨੂੰ ਹੋਣਗੇ ਜੋ ਵੀ ਨੇ, ਅਤੇ ਗੁਰੂ ਕਾ ਖਾਲਸਾ ਪੰਥ ਹੈ, ਇਹ ਜਿਹੜੀ ਭੈਣਾਂ ਨੇ ਇਹ ਆਪਣੇ ਖਾਲਸੇ ਪੰਥ ਦੀਆਂ ਹੁਣ ਸ਼ਰਨ ਦੇ ਵਿੱਚ ਆ ਚੁੱਕੀਆਂ ਨੇ। ਸੋ ਬੇਨਤੀ ਹੈ ਅਤੇ ਇੱਕ ਤੁਹਾਨੂੰ ਸਿੱਧੇ ਸਪਸ਼ਟ ਸ਼ਬਦਾਂ 'ਚ ਅਸੀਂ ਕਹਿ ਦੇਣਾ ਚਾਹੁੰਦੇ ਹਾਂ ਵੀ ਇਹਨਾਂ ਭੈਣਾਂ ਵੱਲ, ਇਹਨਾਂ ਦੀ ਹਵਾ ਵੱਲ ਵੀ ਨਾ ਝਾਕ ਲਿਓ, ਅਤੇ ਫਿਰ ਤੁਸੀਂ ਆਪਣਾ ਹਿਸਾਬ ਆ ਜਿਹੜਾ ਤੁਸੀਂ ਆਪ ਲਾ ਲਿਓ ਵੀ ਕੀ ਬਣੂ ਤੁਹਾਡਾ, ਅਤੇ ਮੁੜ ਕੇ ਨਾ ਫਿਰ ਕਿਹੋ ਦੱਸਿਆ ਨਹੀਂ। ਅਤੇ ਹੁਣ ਇਹ ਸਾਡੀਆਂ ਭੈਣਾਂ ਨੇ ਕੋਈ ਇੱਦਾਂ ਦੀ ਕੋਈ ਹਰਕਤ, ਕੋਈ ਇਹਨਾਂ ਨਾਲ ਛੇੜਛਾੜ ਜਾਂ ਕੋਈ ਬਦਸਲੂਕੀ ਜਾਂ ਕੋਈ ਕੁੱਟਮਾਰ ਕੋਈ ਕਰਨ ਦੀ ਕੋਸ਼ਿਸ਼ ਕੀਤੀ ਆ, ਅਤੇ ਫਿਰ ਅਸੀਂ ਜਾਣੀਏ ਅਤੇ ਸਾਡਾ ਕੰਮ ਜਾਣੇ। ਅਤੇ ਅੱਜ ਅਸੀਂ ਇਸ ਪਰਿਵਾਰ ਕੋਲ ਸਾਰੇ ਸਿੰਘ ਪਹੁੰਚੇ ਹਾਂ ਜੀ, ਫਤਿਹਗੜ੍ਹ ਸਾਹਿਬ ਦੇ ਲੋਕਲ ਸਿੰਘ ਅਤੇ ਹੋਰ, ਅਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਹਨਾਂ ਦੁਸ਼ਟ ਅਨਸਰਾਂ 'ਤੇ ਜਲਦ ਤੋਂ ਜਲਦ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਭੈਣਾਂ ਨੂੰ ਇਨਸਾਫ਼ ਦਵਾਇਆ ਜਾਵੇ। ਅਤੇ ਇਹਨਾਂ ਦੁਸ਼ਟ ਅਨਸਰਾਂ ਨੂੰ ਅਸੀਂ ਦੁਬਾਰਾ ਫਿਰ ਕਹਿਣਾ ਚਾਹੁੰਦੇ ਹਾਂ ਵੀ ਬੰਦੇ ਦੇ ਪੁੱਤ ਬਣਾ ਦਿਓ, ਬਣ ਜਾਓ, ਨਹੀਂ ਤਾਂ ਫਿਰ ਅਸੀਂ ਬਣਾਉਣਾ ਚੰਗੀ ਤਰ੍ਹਾਂ ਜਾਣਦੇ ਹਾਂ। ਸੋ ਦਾਸ ਦਾ ਨੰਬਰ 94786 6563 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।